ਹਾਂਜੀ ਮੈਨੂੰ ਸੁਣਨ ਚ ਵੀ ਆਇਆ ਕਿ ਤੁਹਾਨੂੰ ਆਪ ਨੂੰ ਤਾਂ ਜਨੂੰਨ ਹੈਗਾ ਹੀ ਹੈਗਾ ਜਿਹੜਾ ਤੁਹਾਡੀ ਆਪਣੀ ਖੇਡ ਦੇ ਨਾਲ, ਪਰ ਮੈਨੂੰ ਸੁਣਨ ਦੇ ਵਿੱਚ ਇੱਕ ਆਇਆ ਕਿ ਕੋਈ ਬੱਚਾ ਦਿਹਾੜੀ ਕਰ ਰਿਹਾ ਸੀਗਾ ਤੇ ਤੁਸੀਂ ਉਹਨੂੰ ਦਿਹਾੜੀ ਕਰਦੇ ਨੂੰ ਕਹਿੰਦੇ ਨਾ ਜਿਹੜਾ ਹੀਰੇ ਦੀ ਪਰਖ ਚੋਰੀ ਕਰ ਲੈਂਦਾ ਜੀ, ਉਹ ਦਿਹਾੜੀ ਕਰਦੇ ਬੱਚੇ ਨੂੰ ਤੁਸੀਂ ਦੇਖ ਲਿਆ ਕਿ ਬੱਚਾ ਲੋਕਾਂ ਦੇ ਨਜ਼ਰਾਂ ਚ ਉਹ ਬੱਚਾ ਦਿਹਾੜੀ ਕਰ ਰਿਹਾ ਸੀਗਾ ਜੀ, ਪਰ ਤੁਹਾਡੀਆਂ ਨਜ਼ਰਾਂ ਦੇ ਵਿੱਚ ਉਹ ਬੱਚਾ ਵੇਟ ਚੱਕ ਰਿਹਾ ਸੀਗਾ ਜੀ, ਤੇ ਤੁਸੀਂ ਉਹਨੂੰ ਹਾਇਰ ਕੀਤਾ ਬੱਚੇ ਨੂੰ ਪੜ੍ਹਾਇਆ ਲਿਖਾਇਆ, ਸਹੀ ਗੱਲ ਹੈ ਜੀ? ਮੈਂ ਕਹਿੰਦਾ ਜੇ ਕੋਈ ਮੈਨੂੰ ਮੌਕਾ ਦੇਵੇ ਮੈਂ ਕਬੱਡੀ ਦੇ ਵਿੱਚ ਵੀ ਚੰਗੇ ਚੰਗੇ ਕਹਿੰਦੇ ਸਟੋਪਰ ਜਿਹੜੇ ਮੈਂ ਰੋਇਟਰ ਨੇ ਉਹ ਫੜ ਹੁਣ ਵੀ, ਮੈਂ ਕੋਈ ਕਿਸੇ ਤੰਗੇ ਤਕੜੀ ਅਕੈਡਮੀ ਵਾਲਾ ਮੈਨੂੰ ਕੋਈ ਲਵੇ ਤਾਂ ਮੈਂ ਕਬੱਡੀ 'ਚ ਵੀ ਆਪਣੇ ਜ਼ੋਰ ਦਿਖਾ ਸਕਦਾ। ਜੇ ਮੈਨੂੰ ਕੋਈ ਕ੍ਰਿਕਟ ਵਾਲਾ ਵੀ ਕਹਿ ਦੇ ਵੀ ਮੈਂ ਕਹਿੰਦਾ ਦਾਵਾ ਵਾ ਮੇਰਾ ਪਿੱਛੇ ਜੀ ਕੋਈ ਚੈਲੇਂਜ ਕਰਦਾ ਜੀ ਕਹਿੰਦਾ ਮੈਂ ਕਹਿੰਦੇ ਅਸੀਂ ਇੰਨੇ ਛੱਕੇ ਮਾਰ ਦਿੰਦੇ ਹਾਂ ਵੀ ਅਸੀਂ ਬੁਲਟ ਜਿੱਤ ਕੇ ਲੈ ਕੇ ਆ ਜਿੱਤ ਕੇ, ਮੈਂ ਕਹਿੰਦਾ ਐਂ ਕਰੋ ਵੀ ਮੇਰਾ ਚੈਲੇਂਜ ਆ ਤੁਸੀਂ ਛੱਕੇ ਮਾਰ ਕੇ ਦਿਖਾਓ, ਮੈਂ ਰੋਕ ਕੇ ਰੱਖੋ, ਮੈਂ 15 ਮਿੰਟ ਬੋਲਿੰਗ ਕਰਾਈ 15 ਮਿੰਟ 'ਚ ਘੱਟੋ ਘੱਟ ਮੈਂ 10 ਓਵਰ ਕਰਾਤੇ ਹੋਣੇ ਆ ਟੈਨਿਸ ਦੀ ਬੋਲ ਨਾਲ, ਮੈਂ ਟੈਨਿਸ ਦੀ ਬੋਲ ਨਾਲ ਵੀ ਇੰਨੀ ਸਵਿੰਗ ਬੋਲ ਕਰਾ ਦਿੰਦਾ ਬੰਦਾ ਦੇਖ ਵਾਈਟ ਦੇ ਵਾਈਟ ਸਿੱਟ ਕੇ ਮੈਂ ਬੋਲ ਕਰ ਦਿੰਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦੇ। ਸਮੇਂ ਸਮੇਂ ਤੇ ਅਲੱਗ ਅਲੱਗ ਸ਼ਖਸੀਅਤਾਂ ਜਿਹੜੀਆਂ ਤੁਹਾਡੇ ਨਾਲ ਮਿਲਾਉਂਦਾ ਰਹਿੰਦਾ। ਕੁਛ ਸਮਾਂ ਪਹਿਲਾਂ ਸੁਲਤਾਨ ਦੀ ਇੰਟਰਵਿਊ ਕੀਤੀ ਸੀ ਰੈਸਲਰ ਦੀ, ਜਿਹੜਾ ਗੁਰਸਿੱਖ ਮੁੰਡਾ ਸੀ ਤੁਹਾਨੂੰ ਯਾਦ ਹੋਏਗਾ, ਗ੍ਰੇਟ ਖਾਲੀ ਜੀ ਦੇ ਅੰਡਰ ਜਿਹੜਾ ਉਹ ਮੁੰਡਾ ਲੜਕਾ ਪ੍ਰੈਕਟਿਸ ਕਰਦਾ। ਔਰ ਅੱਜ ਅਸੀਂ ਰਾਜਪਾਲ ਜੀ ਕੋਲ ਆਏ ਹਾਂ, ਪਿੰਡ ਜਟਤੌਲੀ ਦੇ ਰਹਿਣ ਵਾਲੇ ਨੇ, ਵੇਟ ਲਿਫਟਰ ਨੇ, ਕਾਫੀ ਇਨਾਮ ਜਿਹੜੇ ਜਿੱਤ ਚੁੱਕੇ ਨੇ। ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਜਿਮ ਦਾ ਜਿਹੜਾ ਸਮਾਨ ਹੈ, ਮੈਂ ਇੱਕ ਵਾਰ ਕਹੂੰਗਾ ਕਿ ਉੱਪਰ ਛੱਤ ਦੀ ਹਾਲਤ ਵੀ ਇੱਕ ਵਾਰ ਦਿਖਾ ਦਿਓ, ਗਾਰਡਰ ਬਾਲੇ ਜਿਹੜੇ ਪਾ ਕੇ, 50 ਸਾਲ ਦੇ ਕਰੀਬ ਉਮਰ ਹੈ ਜੀ ਇਹਨਾਂ ਦੀ ਸਭ ਤੋਂ ਪਹਿਲੀ ਗੱਲ, ਔਰ 92 ਕਿਲੋ ਵਜ਼ਨ ਜਿਹੜਾ ਮਿਡਲ ਫਿੰਗਰ ਦੇ ਨਾਲ ਇਹ ਚੁੱਕਦੇ ਨੇ, ਹੋਰ ਵੀ ਕਈ ਰਿਕਾਰਡ ਇਹਨਾਂ ਨੇ ਬਣਾਏ ਨੇ। ਮੇਨ ਮਕਸਦ ਇੰਟਰਵਿਊ ਦਾ ਇਹ ਆ ਕਿ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਪ੍ਰਮੋਟ ਕਿਸ ਤਰ੍ਹਾਂ ਕਿ ਟੈਲੈਂਟ ਦੀ ਕਮੀ ਨਹੀਂ ਹੈਗੀ, ਮਿਹਨਤ ਬਹੁਤ ਪੂਰੀ ਕਰਦੇ ਨੇ, ਮਾਰ ਖਾਂਦੇ ਨੇ ਸਿਰਫ ਕਿ ਸ਼ੌਂਕ ਪੂਰਾ ਪਰ ਘਰ ਵੀ ਚਲਾਉਣਾ ਤਾਂ ਖਰਚੇ ਜਿਹੜੇ ਪੂਰੇ ਨਹੀਂ ਹੋ ਪਾ ਰਹੇ। ਬਾਕੀ ਦੀ ਗੱਲਬਾਤ ਅਸੀਂ ਸਾਰੀ ਖੁੱਲ੍ਹ ਕੇ ਇਹਨਾਂ ਦੇ ਨਾਲ ਕਰਾਂਗੇ, ਔਰ ਤੁਸੀਂ ਸਮੇਂ ਸਮੇਂ ਦੇ ਉੱਪਰ ਸਪੋਰਟ ਕਰਦੇ ਆਏ ਹੋ, ਸਾਡੇ ਸਪੋਰਟਰ ਬਣ ਕੇ ਅੱਗੇ ਆਏ ਹੋ ਅਸੀਂ, ਜਿਹੜੀਆਂ ਵੀ ਤੁਹਾਨੂੰ ਇੰਟਰਵਿਊਆਂ ਦਿਖਾਈਆਂ ਕਿ ਜਿਹੜੇ ਦੇਸ਼ ਦੇ ਲਈ ਕੌਮ ਦੇ ਲਈ ਕੁਛ ਕਰਨਾ ਚਾਹੁੰਦੇ ਨੇ, ਤੁਸੀਂ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ। ਸਰ ਸਵਾਗਤ ਹੈ ਜੀ ਪ੍ਰਾਈਮ ਮੁੱਦੇ ਦੇ ਉੱਪਰ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ ਜਿਹਨਾਂ ਦੀ ਮਤਲਬ ਸਾਡੀ ਇਹ ਮਤਲਬ ਵੀਡੀਓ ਬਣਾ ਰਹੇ ਹੋ, ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਤੁਹਾਡੇ ਚੈਨਲ ਦਾ। ਸਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਗਰ ਕੋਈ ਟੈਲੈਂਟ ਹੈਗਾ ਅਸੀਂ ਆਪਣਾ ਉੱਥੇ ਫਰਜ਼ ਅਦਾ ਕਰਦੇ ਹਾਂ, ਅਸੀਂ ਉਹ ਟੈਲੈਂਟ ਲੋਕਾਂ ਤੱਕ ਜ਼ਰੂਰ ਪਹੁੰਚਾਉਂਦੇ ਹਾਂ ਜੀ। ਜੀ ਇਸੇ ਕਰਕੇ ਮੈਂ ਵੀ ਤੁਹਾਡੇ ਕੋਲ ਪਹੁੰਚਿਆ, ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਤੁਸੀਂ ਵੇਟ ਜਿਹੜਾ ਚੱਕ ਦੇ ਮਿਡਲ ਫਿੰਗਰ ਦੇ ਨਾਲ, ਤਾਂ ਉਸ ਕਰਕੇ ਮੈਂ ਤੁਹਾਡੇ ਨਾਲ ਵੀ ਸੰਪਰਕ ਕੀਤਾ, ਪਰ ਮੈਂ ਜਦੋਂ ਇੱਥੇ ਆ ਕੇ ਦੇਖਿਆ ਕਿ ਵਾਕਈ ਹੀ ਕਹਿੰਦੇ ਨੇ ਪੰਜਾਬੀਆਂ ਦੇ ਸ਼ੌਂਕ ਵੱਖਰੇ, ਸ਼ੌਂਕ ਦੇ ਅੱਗੇ ਹਰੇਕ ਚੀਜ਼ ਤੁਸੀਂ ਫਿੱਕੀ ਪਾਈ ਹੈ, ਜਿੱਦਾਂ ਕਿ ਆਪ ਹੀ ਤੁਸੀਂ ਜਿੰਮ ਤਿਆਰ ਕੀਤਾ ਹੋਇਆ, ਘਰ ਵੀ ਚਲਾ ਰਹੇ ਹੋ, ਕੰਮ ਕਾਰ ਵੀ ਪਰਮਾਤਮਾ ਦੀ ਕਿਰਪਾ ਨਾਲ ਦਾਲ ਫੁਲਕਾ ਠੀਕ ਠਾਕ ਹੀ ਚੱਲ ਰਿਹਾ, ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰਾ ਕੁਝ? ਦੇਖੋ ਜੀ ਸ਼ੁਰੂ ਤੋਂ ਆਦਤ ਆ ਜੀ, ਮਤਲਬ ਕਦੇ ਹਿੰਮਤ ਨਹੀਂ ਹਾਰਨੀ, ਜ਼ਿੰਦਗੀ ਦਾ ਅਸੂਲ ਬਣਾਇਆ ਵੀ ਜਦੋਂ ਆਪਾਂ ਹਿੰਮਤ ਹਾਰ ਗਏ ਫਿਰ ਆਪਾਂ ਕੁਛ ਕਰ ਨਹੀਂ ਸਕਦੇ, ਬੰਦਾ ਦੀ ਜਾਣੀ ਜੰਗ ਹਾਰ ਹੀ ਜਾਂਦਾ, ਇਹ ਜਿਹੜੇ ਇੱਕ ਜੀਵਨ ਹੈ ਇੱਕ ਸੰਘਰਸ਼ ਆ। ਬਿਲਕੁਲ, ਤੇ ਮੈਂ ਜਾਣਦੀ ਆ ਵੀ ਕਦੇ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਤੇ ਨਾ ਹੀ ਮੰਨਣੀ ਆ, ਤੇ ਮੈਂ ਬਾਕੀ ਲੋਕਾਂ ਨੂੰ ਵੀ ਕਹਿੰਦਾ ਜ਼ਿੰਦਗੀ 'ਚ ਆਪਾਂ ਹਾਰ ਹੀ ਮੰਨ ਲਈ ਵੀ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ। ਕਿੰਨੇ ਸਾਲ ਤੋਂ ਇਸ ਖੇਤਰ ਦੇ ਵਿੱਚ ਹੈਗੇ ਜੀ? ਮੈਂ ਜੀ 24 ਸਾਲ ਦੀ ਸਕੂਲ ਚਲਾਇਆ ਮੈਂ, ਠੀਕ ਹੈ, ਰਾਜਮਾਟ ਹਾਈ ਸਕੂਲ, ਮੇਰੇ ਗੁਰੂ ਨੇ ਇਹਨਾਂ ਨੇ ਮੈਨੂੰ ਸਕੂਲ ਖਿਲਾਇਆ ਸੀਗਾ ਸੋਮਨਾਥ ਸਾਹਿਬ ਨੇ ਡੇਲੋ ਤੋਂ, ਠੀਕ ਹੈ ਜੀ, ਤੇ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਹੁਣ ਸਕੂਲ ਲੋਕਡਾਊਨ ਕਰਕੇ ਬੰਦ ਹੋ ਗਿਆ ਤਾਂ ਫਿਰ ਮੈਂ ਸੋਚਿਆ ਵੀ ਰੋਟੀ ਤਾਂ ਖਾਣੀ ਵੀ ਆ, ਜਿਹੜਾ ਬੰਦਾ ਹੁਣ ਇੰਨੀ ਮਿਹਨਤ ਕਰਕੇ ਸਕੂਲ ਚਲਾ ਕੇ ਇੰਨੇ ਸਾਲ ਚਲਾ ਕੇ ਇੰਨੀ ਵਿੱਦਿਆ ਦਿੱਤੀ ਆਪਾਂ ਇਸ ਏਰੀਏ ਦੇ ਵਿੱਚ, ਘੱਟੋ ਘੱਟ 60% ਬੱਚੇ ਨੂੰ ਪੜ੍ਹਾ ਦਿੱਤੇ, ਤਾਂ ਮੈਂ ਵੀਰ ਜੀ ਮਤਲਬ 10 ਸਬਜੈਕਟ ਪੜ੍ਹਾਉਣਾ,
प्लस टू नू इंग्लिश छड़ के प्लस टू भी टेंथ हो गई एट हो गई जो बच्चा मैं पढ़ाया प्लस टू का अच्छे कहीं फेल नहीं गए 24 साल का रिकॉर्ड है ठीक है। हाँ जी यानी एजुकेशन के खेत्र से भी आप माहिर हाँ ठीक है जी। केड़ियां केड़ियां खेड़ां तुसी खेड़दे? मैं जी एथलेटिक्स 10,000 मीटर रेस जीती हुई जी मैं 1992-93 दे विच। अच्छा जी ते मैं हाँ मैराथन इंटर यूनिवर्सिटी ला के आया ते क्रॉस कंट्री इंटर यूनिवर्सिटी मैं खालसा कॉलेज के नाल ला के आया। सारे कॉलेज चो कल्ला ही सीगा जी मैं लॉन्ग रेसर। मैं एविंग सेक्टर सीगा दिने काम करदे सी ते रात नूं मैं पढ़न जांदे सी 4:30-5 बजे तों फिर रात नूं 12 बजे आउंदा सीगा साइकिल ते जांदे फिर मैनूं जदों मैं देखा वी लॉन्ग इवेंट तां इत्थे है नहींगा फिर उन्होंने मैनूं मॉर्निंग टाइम करता ते मैं मॉर्निंग टाइम जाके जाने दी खालसा कॉलेज कनी मैं खेड के आया। हुण जिंदगी दी जिहड़ी उम्र आ अर्ध पड़ा ते पहुंच चुकी है जी की सोचदे हो जदों पिछे देखदे हो इन्नी मेहनत कीती मुकाम हासिल होया? नहीं जी फिर तक कोई मुकाम नहीं हासिल होया पर मैं फिर भी लग्या होया भी कदे तां मालक सुनूंगा भी आपां डटे होए अपनी जगह ते किदी गलती मानदे हो लगदा कि तुहाडे कोलों कोई गलती रह गई होवे या साडियां सरकारां दीआं नीतियां नकमियां इस खेत्र नूं लैके? देखो जी सरकार कि सम्मान तो मैं कई करके एमपीपी करके सम्मान तो थोड़ा मंजा मैं देखा पूरा भर गया शील्डा बिल्कुल जो शॉर्ट मैं जरूर मैंशन करूंगा इंटरव्यू दे सारा मैं दिखाऊंगा पर रीजन है मैं कहना जी मेरे को 40 सर्टिफिकेट ने गए मैं 40 सर्टिफिकेट मेरे को स्पोर्ट्स के ने मैं स्टेट भी खेडिया मतलब कि उदू बाद मैं नैशनल इंटरनेशनल नैशनल लेवल तक भी मैं नेतृत्व करके आया क्रॉस कंट्री में जीती 4 किलोमीटर 11:26 मेरा रिकॉर्ड है जो कि पंजाब पहले नंबर पर है इंडिया अपना एनसीसी जूनियर डिवीजन तो मैंने उस टाइम क्या जो मैं 10th से पढ़ा सी भी काका जी नौकरी चाहिए तेन दसी उदो आप पता नहीं कहते मोबाइल नंबर ले ला तू तेरे यार के तो सू चाहिए ने और उदो अकल नहीं इन्नी भी रह गए मैं रेस लाई मैं ही भजदा गया कार दे 1 किलोमीटर के फर्क न मैं हराया से दूजे ओके चैलेंज किया उन्होंने फिरोजपुर वाले ने भी असं जितना तो मैं अपने करना दसिया भी आपको चैलेंज करके गया तो कहने गल ही कोई नहीं तो मेहनत कर तो मेहनत की मैं जित के दिखाई मैं जितों तक पता लग्या जो मैं होमवर्क किया थोड़ी स्टडी की थोड़े बारे तो जिहड़ी कोचिंग वो तुसी अपनी अपने कोच खुद ही रहे हो? हाँ जी हाँ जी मैं यानी कि पहला मैं गुरु नानक पहला मैं अपना PHU प्रैक्टिस करता रहा उ अमरजीत सिंह कालू सिंह मैं एथलेटिक्स की प्रैक्टिस करता रहा 10,000 मीटर 5,000 मीटर हाफ मैराथन क्रॉस कंट्री ये मैं उन्होंने को प्रैक्टिस करता सी 5-6 साल मैं उत्थे खेडिया यही तो नहीं कारण है कि तुसी कोई कोच हायर नहीं किया जी उस लैवल तक देखो तुसी परफॉर्मेंस दी बट कितना ना कितने सरकार और तुहाडे दरम्यान एक जो कोच की एक जिम्मेवारी बनती है वो नहीं सीगा तो तुसी अपना परफॉर्म करके आ जाते उस तो बाद किसी ने कॉन्टैक्ट नहीं किया? नहीं जी मैंने वैसे किसी ने कोई सपोर्ट नहीं की बस मैंने अपने घरद की सपोर्ट आ मम्मी माँ बाप की ज मिसरे की ज बेटे की सपोर्ट आ भी मतलब होर किसी की जिम्मे भाई बैठे ये मैंने अल्लाह शरीफ बहुत देंगे ने किन्ने बच्चे ने तो मेरा एक बेटा जी एक मेरी बेटी है जी किन्ने किन्नी उम्र होगी बेटा मेरा 22 साल है बेटी मेरी है जी 12-13 साल की जो थोड़ा देखते उन्होंने केंद्र ही हो गए गेम करने वास्ते या एक्सरसाइज करने वास्ते थोड़ा उल्टा सवाल तो नहीं कदम भी आया जनून है अपनी खेड दे नाल पर मैनूं सुनन दे विच इक आया कि कोई बच्चा दिहाड़ी कर रहा सीगा ते तुसी उन्हूं दिहाड़ी करदे नूं कहिंदे ना जिहड़ा हीरे दी परख चोरी कर लैंदा जी उह दिहाड़ी करदे बच्चे नूं तुसी देख लिया कि बच्चा लोकां दे नजरां चों बच्चा दिहाड़ी कर रहा सीगा जी जी पर तुहाडीआं नजरां दे विच उह बच्चा वेट चक रहा सीगा जी ते तुसी उन्हूं हायर कीता बच्चे नूं पढ़ाया लिखाया सही गल है जी? हाँ जी हाँ जी मैं जी उन्हूं मतलब उह अपना चंडीगढ़ रोड ते खड्डे पड़दा जी बेचारा मैं देखिया वी बड़ा मेहनत करदा मैं कहा बेटा तूं पढ़ना कहा सर जी मैं पढ़ना चाहुंदा पर घर दी आर्थिक हालत करके मैं नहीं पढ़ सकदा मैं कहा बेटा तूं टेंशन छड्ड दे भी कोई देखो फीस नहीं तू पढ़ना चाहना कल मैं पढ़ूंगा जी मैं उस बच्चे चक लिया जी उतो मतलब चक के उन्होंने कोचिंग दी उन्हें मतलब डिस्ट्रिक्ट खेडिया डिस्ट्रिक्ट इतने नेड़े तेरे सारे पास रौला पै गया कि इन्ना मुंडा तकड़ा 48 किलो वेट के बच्चे तक कभी देखे ही नहीं गा इन्हें जिन्हें जो स्टेट स्टूट खेडे सारी हराते फिर उस बाद असं स्टेट खेडन खन्ने गए उ डिस्ट्रिक्ट खेडन उतो डिस्ट्रिक्ट जित लिया फिर माड़ी किस्मत हुशियारपुर जाना से उ मीह पै गया 3 दिन मीह पैंता रहा मैं स्टेट खेडने से नैशनल लै जाने से 48 किलो वेट से उस समझो यदि किस्मत ही मीह पै गया उस बाद फिर ये सिलेक्ट हो गया स्टेट की जी असं लैके गए उ 14 पॉइंट से 1-2 वाला जीतू पर 14 रह गया
ਅਸੀਂ ਫਿਰ ਮੈਂ ਕਿਹਾ ਵੀ ਮੈਨੂੰ ਆ ਬੱਚੇ ਨਾਲ ਤੁਸੀਂ, ਉਹ ਕਹਿੰਦੇ ਜਦ ਤੁਸੀਂ ਭਲਵਾਨ ਤਾਂ ਲੱਗਦੇ ਨੀ, ਭਲਵਾਨਾਂ ਦੇ ਤਾਂ ਕੰਨ ਟੁੱਟੇ ਹੁੰਦੇ ਆ, ਵੀ ਉਹ ਤਾਂ ਲੱਗਦੇ ਨੀ। ਉਹ ਮੈਂ ਕਿਹਾ ਜ਼ਰੂਰੀ ਵੀ ਕੰਨ ਟੁੱਟੇ ਵਾਲੀ ਭਲਵਾਨ ਹੁੰਦਾ, ਮੈਂ ਕਿਹਾ ਜਿਹੜਾ ਹੈਗਾ ਮੇਰੇ ਬਰਾਬਰ ਹੈ, ਖੜਾ ਜਾ ਭਲਵਾਨ ਤੇਰਾ, ਮੇਰੇ ਬਰਾਬਰ ਮਿਹਨਤ ਲਾ ਕੇ ਦਿਖਾ ਦਿਓ, ਵੀ ਮੈਂ ਭਲਵਾਨ ਨਹੀਂ ਹੈਗਾ, ਪਰ ਦਾਅਵੇ ਤਾਂ ਸਾਰੇ ਜਾਣਦਾ। ਤੁਸੀਂ ਭਲਵਾਨ ਨਹੀਂ, ਤੁਸੀਂ ਵੇਟ ਲਿਫਟਰ ਕਹਿੰਦੇ ਹੋ ਆਪਣੇ ਆਪ, ਤੁਸੀਂ ਵੇਟ ਲਿਫਟਰ ਦੀ ਜਿਹੜੀ ਤੁਹਾਡੇ ਕੋਲ ਮੇਨ ਗੇਮ ਜਿਹੜੀ ਰਹੀ। ਮੈਂ ਕਹਿੰਦਾ ਜੇ ਕੋਈ ਮੈਨੂੰ ਮੌਕਾ ਦੇਵੇ, ਮੈਂ ਕਬੱਡੀ ਦੇ ਵਿੱਚ ਵੀ ਚੰਗੇ ਚੰਗੇ ਕਹਿੰਦੇ ਸਟੋਪਰ ਜਿਹੜੇ ਮੈਂ ਰੋਇਟਰ ਨੇ ਉਹ ਫੜ, ਹੁਣ ਵੀ ਮੈਂ ਕੋਈ ਕਿਸੇ ਤੰਗੇ ਤਕੜੀ ਅਕੈਡਮੀ ਵਾਲਾ ਮੈਨੂੰ ਕੋਈ ਲਵੇ ਤਾਂ ਮੈਂ ਕਬੱਡੀ 'ਚ ਵੀ ਆਪਣੇ ਜ਼ੋਰ ਦਿਖਾ ਸਕਦਾ, ਐਸੀ ਕੋਈ ਵੱਡੀ ਗੱਲ ਨਹੀਂ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਕੀ ਸ਼ੌਂਕ ਹੈ ਤੁਹਾਡਾ? ਮੇਰਾ ਸ਼ੌਂਕ ਹੈ ਜੀ ਵੇਟ ਲਿਫਟਿੰਗ। ਮੈਂ ਨੌਰਥ ਇੰਡੀਆ ਦੇ ਵਿੱਚੋਂ ਫਸਟ ਟਾਈਮ ਜੀ ਮੈਂ ਗਿਆ ਉੱਥੇ, ਮੈਨੂੰ ਕਹਿੰਦੇ ਜੀ ਯਾਰ 47 ਸਾਲ ਦੀ ਉਮਰ 'ਚ ਤਾਂ ਕਹਿੰਦੇ ਕੋਈ ਜਲਦੀ ਦੇਖਣ ਨਹੀਂ ਹੁੰਦਾ ਤੂੰ ਕੰਪੀਟੀਸ਼ਨ ਲੜਨ, ਹਰੇ ਬੜੀ ਸਾਨੂੰ ਖੁਸ਼ੀ ਦੀ ਗੱਲ ਆ। ਜਦੋਂ ਮੈਂ ਕਿਹਾ ਵੀ ਲਿਆਓ ਮੈਂ 10 ਮਿੰਟ ਵੇਟ ਕਰੀ ਗਿਆ, ਕੋਈ ਆਇਆ ਨਹੀਂ, ਕਹਿੰਦੇ ਚੱਲ ਤੁਸੀਂ ਲਾ ਕੇ ਦਿਖਾ ਦੇ। ਉਹ ਆਪਣੀ ਵੇਟ ਦੇ ਚੱਕਣਾ ਸੀ, ਉਦੋਂ 92 ਕਿਲੋ ਵੇਟ ਸੀ, 92 ਕਿਲੋ ਦੇ ਵਿੱਚ ਮੈਂ ਸਕੈਟ ਵੀ ਲਾਈ, ਡੈਡ ਲਿਫਟ ਵੀ ਲਾਈ ਅਤੇ ਬੈਂਚ ਪ੍ਰੈਸ ਵੀ ਲਈ। ਉਹ ਸਾਰੇ ਹੈਰਾਨ ਹੋ ਗਏ ਵੀ ਯਾਰ ਇਹ। ਫਿਰ ਮੈਂ ਇੱਥੇ ਹੋਰ ਕੰਪੀਟੀਸ਼ਨ ਸੀਗਾ, ਰਸਤੇ ਜਾਂਦਾ ਜਾਂਦਾ ਜਨਤਾ ਨਗਰ ਕੰਪੀਟੀਸ਼ਨ ਹੋਇਆ, ਉੱਥੇ ਮੇਰੀ ਫਸਟ ਪਲੇਸ ਬਣਦੀ। ਮੈਂ ਜਿਹੜੇ ਨੌਜਵਾਨ ਮੁੰਡੇ ਸੀ ਉਹ ਸਾਰੇ ਹੈਰਾਨ, ਕਹਿੰਦੇ ਯਾਰ 47 ਸਾਲ ਵਾਲਾ ਹੀ ਬੰਦਾ ਕਮਾਲ ਕਰੀ ਜਾਂਦਾ। ਮੈਂ 1 ਕੁਇੰਟਲ 35 ਕਿਲੋ ਲਾਈ ਅਤੇ ਉਹਦੇ ਬੰਦੇ ਨੇ ਜਿਹੜੇ ਦੂਜੇ ਨੇ ਲਾਈ ਸੀ ਉਹਨੇ ਲਾਈ ਦਾ ਘੱਟ ਹੀ ਸੀ, ਉਹ ਕਹਿੰਦਾ ਜੀ ਇਹਨੇ ਸੇਰ ਚੱਕ ਲਿਆ ਜੀ। ਉਹ ਫੋੜ ਜਾਣੀ ਸਾਡੀ ਵੀ ਫੋੜ ਆ, ਦੂਜੇ ਲਈ ਫੋੜ ਨਹੀਂ, ਬੰਦੇ ਰੱਖ ਆਪ ਹੀ ਕੰਪੀਟੀਸ਼ਨ ਕਰਾ ਕੇ ਆਪ ਹੀ ਰੱਖ ਲੈਂਦੇ, ਫਿਰ ਉਹ ਮਾੜੀ ਗੱਲ। ਅਤੇ ਮੈਂ ਫਸਟ ਪਲੇਸ ਬਣਦੀ, ਮੈਨੂੰ ਉੱਥੇ ਥਰਡ ਦਿੱਤੀ ਅਤੇ ਮੇਰਾ ਕੋਚ ਕਹਿੰਦਾ ਜੀ ਨਹੀਂ ਅਮਰੀਕ ਸਿੰਘ, ਕਹਿੰਦਾ ਆਪਾਂ ਲੈਣਾ ਹੀ ਨਹੀਂ ਪ੍ਰਾਈਜ਼। ਉਹ ਕਹਿੰਦੇ ਚਲੋ ਯਾਰ ਲੈ ਲਓ ਕੋਈ ਗੱਲ ਨਹੀਂ। ਅਤੇ ਸਾਡੀ ਐਂਟਰੀ ਫੀਸ ਵੀ ਉਹਨਾਂ ਨੇ 700 ਰੁਪਇਆ ਲਈ, ਜਦਕਿ ਐਂਟਰੀ ਫੀਸ ਤਾਂ ਜਿਹੜਾ ਮਾਸਟਰ ਕੈਟੇਗਰੀ 'ਚ ਕੋਈ ਹੁੰਦੀ ਵੀ ਨਹੀਂ। ਬਾਹਰ ਜਾਣ ਦਾ ਕਦੇ ਸਬੱਬ ਨਹੀਂ ਬਣਿਆ? ਦੇਖੋ ਜੀ ਫਿਲਹਾਲ ਕਿਸੇ ਨੇ ਸਪੋਰਟ ਨਹੀਂ ਕੀਤੀ। ਜੇ ਕੋਈ ਮੰਨ ਲਓ ਚਾਹੇ ਤਾਂ ਆਪਾਂ ਇੰਡੀਆ ਦਾ ਨਾਂ ਪੂਰੇ ਵਰਲਡ ਦੇ ਵਿੱਚ ਰੋਸ਼ਨ ਕਰ ਸਕਦੇ ਹਾਂ, ਕਈ ਵਰਲਡ ਰਿਕਾਰਡ ਮੈਂ ਬਣਾ ਸਕਦਾ ਆਪਣੇ ਨਾਂ 'ਤੇ, ਇੰਡੀਆ ਦੇ ਨਾਂ 'ਤੇ, ਪੰਜਾਬ ਦਾ ਨਾਂ ਰੋਸ਼ਨ ਹੋ, ਇੰਡੀਆ ਦਾ ਨਾਂ ਰੋਸ਼ਨ ਹੋ ਪੂਰੇ ਵਰਲਡ 'ਚ। ਹੁਣ ਮੈਨੂੰ ਪਿੱਛੇ ਅੱਜ ਵੀ ਮੇਰੀ ਸੀਗੀ ਅਮੈਰੀਕਾ ਲਈ, ਅੱਜ ਐਡੀਸ਼ਨ ਸੀ 13 ਤਰੀਕ ਦਾ ਮੇਰਾ, 11 ਵਜੇ ਦਾ, ਉਹ ਸਾਰਾ ਕੁਛ ਹੋ ਗਿਆ ਜਦੋਂ ਜੂ ਮੈਪ ਦੇ ਆ ਕੇ ਉੱਥੇ ਭੰਗੜ ਗਿਆ ਪਤਾ, ਉਹਨਾਂ ਦੀ ਕੋਈ ਕਮੀ ਸੀ ਜਾਂ ਸਾਡੀ, ਇਸ ਕਰਕੇ ਉਹਦੇ ਕੋਲ ਅਮੈਰੀਕਾ ਗੋਟ ਟੈਲੈਂਟ ਦੇ ਵਿੱਚ ਵੀ ਤੁਸੀਂ ਪਾਰਟੀਸਪੇਟ ਕਰਨਾ ਸੀ ਨਹੀਂ ਤਾਂ? ਹਾਂਜੀ ਹਾਂਜੀ, ਮੈਂ ਪਿੱਛੇ ਗਿਆ ਸੀ ਜੀ, ਮੇਰੇ ਨਾਲ ਮੇਰਾ ਕੋਚ ਵੀ ਸੀਗਾ ਅਤੇ ਅਮਰੀਕ ਸਿੰਘ, ਅਤੇ ਸਾਨੂੰ ਉਹਨਾਂ ਨੇ ਵੀਜ਼ੇ ਨਹੀਂ ਦਿੱਤਾ, ਇਸ ਕਰਕੇ ਦਿੱਤਾ, ਕਹਿੰਦੇ ਤੁਸੀਂ ਮੁੜ ਕੇ ਨਹੀਂ ਆਉਣਾ। ਜਦੋਂ ਮੈਂ ਦੱਸਿਆ ਵੀ ਮੈਂ ਕਿਹਾ ਮੈਂ ਇੱਕ ਉਂਗਲਾਂ ਇੰਨਾ ਬੀਟ ਚੱਕਦਾ, ਉਹ ਕਹਿੰਦੇ ਓ ਮਾਈ ਗੋਡ, ਬਿਲਕੁਲ ਅਸੀਂ ਖੁਦ ਨਹੀਂ। ਮੈਂ ਕਿਹਾ ਮੈਡਮ ਜੀ ਮੈਂ ਤਾਂ ਇੱਕ ਉਂਗਲ ਦੇ ਨਾਲ ਤਾਂ ਹੁਣ ਵੇਟ ਘੱਟ ਹੀ ਚੱਕ ਕੇ ਦਿਖਾ ਰਿਹਾ, ਮੈਂ ਅੱਜ ਵੀ 91 ਕਿਲੋ ਮੈਂ ਘੱਟ ਹੀ ਚੱਕਿਆ ਵਾ, ਅਤੇ ਮੈਂ 1 ਕੁਇੰਟਲ 13 ਕਿਲੋ ਮੈਂ ਚੱਕ ਦਿੰਦਾ ਜੀ। ਅਤੇ ਹੁਣ ਇੱਕ ਕਹਿੰਦਾ ਗੋਰਾ ਕਹਿੰਦਾ ਵੀ ਮੈਂ 1 ਕੁਇੰਟਲ 23 ਕਿਲੋ ਚੱਕਿਆ, ਮੈਂ ਥੋੜ੍ਹੇ ਦਿਨਾਂ 'ਚ ਉਹਦਾ 1 ਕੁਇੰਟਲ 23 ਕਿਲੋ ਦਾ ਵੀ ਵਰਲਡ ਰਿਕਾਰਡ ਤੋੜਨਾ, ਪਰ ਉਹਦੇ ਨਾਂ 'ਤੇ ਵਰਲਡ ਰਿਕਾਰਡ ਹੈ ਨਹੀਂ ਗਾ। ਮੈਂ ਜਾਣੀ ਕਿ ਸਿੰਗਲ ਫਿੰਗਰ ਦੇ ਨਾਲ ਮੈਂ ਵੇਟ ਨੂੰ ਸਟੇਅ ਕਰ ਦਿੰਦਾ, 73-87 ਕਿਲੋ ਵੇਟ ਮੈਂ ਉਹੀ ਲਮਕਾ ਦਿੰਦਾ, 7-8 ਸੈਕਿੰਡ ਮੈਂ ਹੋਲਡ ਕਰ ਦਿੰਦਾ। ਜਿਸ ਤਰ੍ਹਾਂ ਆਪਾਂ ਵੇਟ ਚੱਕਿਆ, ਗੋਰੇ ਚੱਕ ਤਾਂ ਦਿੰਦੇ ਪਰ ਉਹ ਸਿੱਟ ਦਿੰਦੇ ਨੇ ਜਦੀ ਚੱਕਿਆ ਔਰ ਰੱਖਤਾ। ਹਾਂ ਚੱਕ ਤਾਂ ਰੱਖਤਾ ਉਹ ਨਹੀਂ, ਪਰ ਮੈਂ ਜਿਹੜਾ 87 ਕਿਲੋ ਵੇਟ ਜਾਂ 80 ਕਿਲੋ 85 ਕਿਲੋ ਵੇਟ ਮੈਂ 8 ਸੈਕਿੰਡ ਹੋਲਡ ਕਰ ਦਿੰਦਾ, ਜਿਹੜਾ ਕਿ 5 ਸੈਕਿੰਡ ਹੋਲਡ ਕਹਿੰਦੇ ਹੁੰਦੇ ਆ, ਅਤੇ 10 ਇੰਚ ਉੱਚਾ ਚੱਕਣਾ ਹੁੰਦਾ, ਅਤੇ ਉਹ ਮੈਂ ਤਕਰੀਬਨ ਲੌਂਗ ਟਾਈਮ ਮੈਨੂੰ ਆਈ ਉਹਨਾਂ ਨੇ ਦਿੱਤੀ ਹੈ ਭੇਜੇ ਵੀ ਲੌਂਗਸਟ ਟਾਈਮ ਜਿਹੜਾ ਇਹ ਰਾਜਪਾਲ ਸਿੰਘ ਚੱਕਦਾ। ਕਹਿੰਦੇ ਹੈਰਾਨੀ ਗੱਲ ਆ ਵੀ ਪੰਜਾਬ 'ਚੋਂ ਕਿਹੜਾ ਬੰਦਾ ਜਿਹੜਾ ਇੱਧਰ ਚੱਕੀ ਜਾਂਦਾ। ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਕਿ ਉਹ ਇਹ ਜਿਹੜਾ ਇਹ ਗੇਮ ਵੀ ਆ ਔਰ ਇੱਕ ਤਰ੍ਹਾਂ ਦਾ ਸਟੰਟ ਵੀ ਆ, ਟੈਲੈਂਟ ਟੈਲੈਂਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਬਿਨਾਂ ਕਿਸੇ ਦੀ ਦੇਖ ਰੇਖ ਤੋਂ। ਇਹ ਨਹੀਂ ਹੈ ਕਿ ਸੁੱਤੇ ਪਏ ਉੱਠ ਕੇ ਆਏ ਔਰ 91 ਕਿਲੋ ਜਿਹੜਾ ਵੇਟ ਇਹਨਾਂ ਨੇ ਚੱਕ ਦਿੱਤਾ, ਇਸ ਦੇ ਪਿੱਛੇ ਇਹਨਾਂ ਦੀ ਜਿਹੜੀ ਲਗਨ ਆ, ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਹੈ ਜਿਸ ਦੇ ਕਰਕੇ ਇਹਨਾਂ ਨੇ ਉਹ ਵੇਟ ਜਿਹੜਾ ਚੱਕ ਲੈਣਾ। ਤੇ ਤੁਹਾਨੂੰ ਰਿਕੁਐਸਟ ਇਹ ਹੈ ਕਿ ਬਿਨਾਂ ਕਿਸੇ ਦੇਖ ਰੇਖ ਤੋਂ ਤੁਸੀਂ ਨਾ ਕੋਈ ਪੰਗਾ ਲੈ ਲਿਓ, ਹੱਥ ਬੰਨ ਕੇ ਬੇਨਤੀ ਹੈ, ਔਰ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਿਓ। ਅਗਰ ਕਰਨਾ ਚਾਹੁੰਦੇ ਹੋ ਤਾਂ ਉਹ ਵੇਟ ਜਿਹੜਾ ਹੌਲੀ ਹੌਲੀ ਹੀ ਵੱਧਦਾ ਰਹਿੰਦਾ, ਪ੍ਰੈਕਟਿਸ ਦੇ ਨਾਲ ਹੀ ਤੁਸੀਂ ਉਹਨੂੰ ਜਿਹੜਾ ਅੱਗੇ ਕਰ ਸਕਦੇ ਹੋ। ਸਰ ਫਿਰ ਵੀ ਗੱਲ ਇਹੀ ਆ ਜਾਂਦੀ ਹੈ ਕਿ ਇੰਨੇ ਮੁਕਾਮ ਹਾਸਲ ਕਰਨ ਤੋਂ ਬਾਅਦ 50 ਸਾਲ ਦੇ ਕਰੀਬ ਉਮਰ ਹੋ ਗਈ, ਪਰ ਫਿਰ ਵੀ ਉਹ ਚੀਜ਼ ਨਹੀਂ ਜੋ ਹੋਣੀ ਚਾਹੀਦੀ ਹੈ ਜਿੰਨੀ ਮਿਹਨਤ। ਹਾਂਜੀ, ਮੈਂ ਕਈ ਵੀ ਸੋਚਦਾ ਹੁੰਦਾ ਜੀ ਬੈਠਾ ਬੈਠਾ ਵੀ, ਮਤਲਬ ਯਾਰ ਮੈਂ ਮਿਹਨਤ ਇੰਨੀ ਕੀਤੀ ਆ ਵੀ, ਪਰ ਇੰਨੀ ਮਿਹਨਤ ਕਰਨ ਦੇ ਉਪਰੰਤ ਵੀ ਫਿਰ ਮੈਂ ਜਿਹੜੀ ਇੰਨੀ ਨਾਲ ਸੈਟਿਸਫਾਈ ਨਹੀਂ ਹੈਗਾ। ਖੁਦ ਲਈ ਤਾਂ ਛੱਡੋ, ਤੁਸੀਂ ਹੋਰਾਂ ਲਈ ਵੀ ਜਿਹੜੀ ਇੰਸਪੀਰੇਸ਼ਨ ਬਣੇ, ਬੱਚੇ ਨੂੰ ਪੜ੍ਹਾਈ ਲਿਖਾਈ ਦਿੱਤੀ, ਉਹਦੀ ਦਿਹਾੜੀ ਛਡਾਈ, ਉਹਨੂੰ ਐਜੂਕੇਸ਼ਨ ਦਿੱਤੀ, ਸਭ ਤੋਂ ਵੱਡੀ ਗੱਲ ਜਿਹੜੀ ਐਜੂਕੇਸ਼ਨ ਦੇਣਾ ਹੁੰਦਾ ਉਹ ਤੁਸੀਂ ਉਹਨੂੰ ਪ੍ਰੋਵਾਈਡ ਕਰਵਾਈ, ਬਹੁਤ ਵਧੀਆ ਗੱਲ ਆ। ਪਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਨਹੀਂ ਹੈਗੀਆਂ ਖੇਡਾਂ ਦੇ ਪ੍ਰਤੀ, ਜਿਸ ਦੇ ਕਰਕੇ ਵੀ ਸਾਡਾ ਯੂਥ ਇੱਧਰ ਨਹੀਂ ਇੰਟਰਸਟ ਲੈਂਦਾ ਹੈਗਾ। ਸਾਡਾ ਅੱਜ ਦਾ ਇੰਟਰਵਿਊ ਕਰਨ ਦਾ ਮਕਸਦ ਵੀ ਇਹੀ ਸੀ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਪਿਆ, ਅਗਰ ਕੋਈ ਪੁੱਠੀ ਸਿੱਧੀ ਗੱਲ ਕਰਕੇ ਵੀਡੀਓ ਬਣਾ ਦਿੰਦਾ ਤਾਂ ਉਹ ਵਾਇਰਲ ਹੋ ਜਾਂਦੀ ਹੈ ਔਰ ਲੋਕ ਉਹਨੂੰ ਰਾਤੋਂ ਰਾਤ ਸਟਾਰ ਬਣਾ ਦਿੰਦੇ ਨੇ। ਤਾਂ ਮੇਰੀ ਉਹਨਾਂ ਲੋਕਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਇੱਕ ਬੰਦਾ ਮਿਹਨਤ
मैं जी मैंने जो कोई मौका दे मतलब एज ए कोच तौर पर तो मैं मतलब इंटरनेशनल लेवल तक की प्लेयर पैदा कर सकता जो कहते भी टैलेंट मुंडा मेरे को खड़ा रहा। जी जी मेरा मेरे कहने का मतलब यही सी मदद तो भाव मेरा यही सीगा कि सर एक जी अकैडमी भी चला रहे हैं जिदे हाँ जी बोल स्पोर्ट अकैडमी जिसका नाम है और उस दे विचो जिहड़े बच्चों तैयार करते हैं वेट लिफ्टिंग के लिए और होर किस किस चीज लिए करते हो जी तैयार। मैं जी क्रिकेट वगैरह का भी हाँ जी मैं क्रिकेट के मैं कहना जी जो IPL खेलते हैं मेरा दावा जी मतलब मैं लेग स्पिन भी करा देना ऑफ स्पिन भी करा देना इन स्विंग करा देना आउट स्विंग करवा देना जानि जी मैंने कोई क्रिकेट वाला भी कह दे मैं कहना दावा वा मेरा पिछले जी कोई चैलेंज करता जी कहना जी मैं कहने कहने असं इन्ने छक्के मार दें भी असं बुलट जित के लैके जित के मैं कहीं ऐ करो भी मेरा चैलेंज है तुम छक्के मार के दिखाओ मैं रोक के दिखो मैं 15 मिनट बोलिंग कराई 15 मिनट घट्टो घट्ट मैं 10 ओवर कराते होने टेनिस की बोल ना मैं टेनिस की बोल मैं भी इन्नी स्विंग बोल करा देना बंदा देख वाइट दे वाइट सीट के मैं बोल्ड कर देना वह हैरान रह के कहना यार भाजी तुम कि बोल करो उस ही टप्पे की बोल अंदर आ जाती है उस दी बाहर निकल जाती है। मैं कहना जी मैंने कोई मौका दे जिमें विराट कोहली अर्गी जी कोई साड़ी मदद कर दे मैं हूँ इंडिया की टीम के खेड के दिखावा ना बोलिंग दिखावा भी एक ही बंदा उस स्पिन भी कराई जाता उ लैग स्पिन भी कराई जाता जो मैं खेलते मैं 10 ओवर की होंगी सी मैं पहले 6 ओवर फास्ट खेलता जो पिछले 4 ओवर उस पहले छिड़ता है तो कई मैं मतलब टूरनामेंट अपने दम से अपने इतने की शहीद भगत सिंह नगर में जिताए ने इदा ही कई टूरनामेंट मैं मानकवाल में जिताए ने जिन्हें मैं मैन ऑफ द सीरीज तो मैन ऑफ द मैच भी रहा। ये कॉन्फिडेंस ही बोल रहा इन ओवर कॉन्फिडेंस ना समझे और इस पिछे इन मेहनत है जी बोलती है और असं जो इन्हों अखबारों कटिंग ने और शीटा इन्हों मिली ने जो इन्हों सम्मान पत्र मिले ने लैटर मिली ने वह सारिया असं तो इस इंटरव्यू के नशर करा कॉपीज उन्होंने और थोड़ा तो अपने आप समझ लग जाएगा कि मैं की कहना चाहना कि वाकई ही मेहनती इंसान ने यह और मेहनती बंद का साथ दिया करो हमेशा मेरी तो सोच यही है और मेरे को जिन्ना हो सकता मैं उस टैलेंट को जरा थोड़े रूबरू जरूर करता हर बार। सर और की कहना चाहते हो जी साडे दर्शकों दर्शकों यही है जी मैं कहना भी अपनी मेहनत वाल मेहनत करो भी आ जो नशे करते हैं अजकल की नौजवान पीढ़ी कहते भी नशे च डुबी हुई है भी मैं कहना भी जो मैं इन्ना कर सकता मैनू भी मैं वैष्णो जी शुरू तो ही मैनू ना मीट ना शराब ना आटा मैं पता नहीं बिल्कुल मैं एक मेन पॉइंट जरा मैं भुल गया थोड़े दिन पहला एक बॉडी बिल्डर से साडा भरा सतनाम खट्टड़ा जी की डैथ हो गई है सो जो इस तरह के इंसीडेंट भी हो जाते हैं तो कितने ना कि घर के भी बच्चों रोकन लग जाते हैं कि पता नहीं जिम के अंदर जाके कि गोली दे देते हैं कि जिदे इस तरह हो जाता साढ़े बच्चों और कितने ना कि जो डर जायज भी है और तुम भी इस गल एग्री करोगे कि जिन्ना स्टीरोइड जिसनों आप कह दें इस इंडस्ट्री के आ गया होर किसी इंडस्ट्री के स्टीरोइड यूज भी नहीं हो रहे। नहीं देखो जी मतलब अजकल जी नौजवान पीढ़ी मेहनत करके राजी है और सलमान खान के ऐप देख लेंदी है और कहती है कि बस मैं 15 दिन या मैं जी विआह ते जाना 2 महीने तक मेरे ताए के मुंडे का विआह या चाचे की कुड़ी का विआह तो मैं जी कोच साहब 2 महीने ऐप कढ़ने ने तो फिर कोच साहब भी की करन कोच साहब भी फायदा उठाते ने ना भी फैट बर्नर दे देंदे जी उन्होंने तो थोड़ी देर तो हो जाएंगे सैट सिक्स पैक बन जाएंगे पर फिर मुड़ के उ चीज हो जाती है। मैं कहना जी मैंने पिछले 20 साल तो देख लो मैं उदा नहीं है मैंने मेरे स्टूडेंट कहने सर जी खाने की तुम सामी ला दी जो मैं प्रोडक्ट खाना तो जहाँ बद जाना सू हाँ मैं उही तुम्हें पूछना सी जी नैचुरल डाइट ही लेंगे या तुम भी कुछ लेंगे उस तरह नहीं जी नहीं मैं कोई प्रोडक्ट नहीं जी खाता ना मैं खाना ना मैं किसी सुझाव दूंगा क्योंकि यह होंगे भी जिम्मे आप एक बार खा लिया भगवान वांग फुल गए तो दो जे कंपीटिशन लड़ते नहीं उन्होंने शकल देख लो जो कंपीटिशन लड़न के बड़े तगड़े लगन गए उ बच्चे 2 महीने बाद देखो तो हाल की होंगे जिम्मे भगवान मैं सुन तो यह आया कि 24 घंटे जो कोच ने पानी भी बंद कर देंगे उन्होंने पानी भी नहीं पीना हाँ जी वो 2 महीने पहला ही पहला तो रोटी खानी छड़ देंगे ने भी मतलब लिक्विड वगैरह लेंगे ने मतलब जो गोलियां वगैरह फैट बर्न करने वास्ते इस्तेमाल करते हैं इतने तक कि पानी भी चमचे के नाल पीते हैं जो कंपीटीशन का फिर जो बेचारे नहीं कुछ मिलता कंपीटीशन ले गसियां खा खा के डिगते हैं बिल्कुल बिल्कुल बड़े जिहड़े मैं देखे ने एक तो एक्साइटमेंट होंदी है नर्वस हो जाते हैं जो और कुछ खाधा पीता भी नहीं होंदा उन्हां दा क्योंकि उत्थे जाके एक एक जिहड़ा मसला उन्हां दा क्लैरिटी दे विच होना चाहिए सो मैनूं नहीं लगता कि खेड कादी जिहदे विच खुराक ही नहीं। देखो जी मैं कहना भी कोई कहें प्रोडक्ट खाने ही मतलब ता ही सेहत बन जाए मैं कहना मेरा दावा वा भी मैं कोई जो मर्जी प्रोडक्ट खा के आ जाए मेरे बराबर मेहनत ला के दिखा दे मेरी 50 साल की उम्र चाहे नौजवान भी आ जाए मेरे बराबर वेट ला के दिखा दे पर दो प्रोडक्ट जो प्रोडक्ट खाता भी आ खा ले पर पानी नहीं पीन देना मैं पानी पीने तो बगैर ला के दिखाऊंगा क्योंकि जो प्रोडक्ट खाते भज के पानी में जाते नहीं पानी में जाते उन्होंने सह चढ़ता
ਹੁਣ ਅਸੀਂ ਆ ਸਾਡੀ ਤਾਂ ਮਿਹਨਤ ਹੀ ਇੰਨੀ ਹੈ ਵੀ ਅਸੀਂ ਮਤਲਬ ਚਾਹੇ ਚੱਕੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ। ਇੱਕ ਮੁੰਡਾ ਪਿੱਛੇ ਜਾਇਆ ਨੌਜਵਾਨ ਕਹਿੰਦਾ ਜੀ ਮੈਂ ਜੀ ਬਾਈ ਸਾਹਿਬ ਇੰਨੀ ਕਿਲਾ ਦਿੰਦਾ 50 ਕਿਲੋ ਦੀ ਬਾਈ ਸਾਹਿਬ ਹੀ ਲਾ ਦਿੰਦਾ। ਮੈਂ ਕਿਹਾ ਬੜੀ ਵਧੀਆ ਗੱਲ ਆ ਬਈ, ਆਪਣੇ ਨੂੰ ਬੜਾ ਤਕੜਾ ਸਮਝਦਾ ਸੀ। ਮੈਂ ਕਿਹਾ ਸੀ 25-26 ਸਾਲ ਦਾ, ਮੈਂ ਕਿਹਾ ਯਾਰ 70 ਕਿਲੋ ਦੀ ਮੈਂ ਵੀ ਲਾ ਦਿੰਦਾ। ਕਹਿੰਦਾ ਹੈ ਮੈਂ 70 ਕਿਲੋ ਦੀ ਬਾਈ ਸਾਹਿਬ ਲਾ ਦਿੰਦਾ, ਮੇਰੇ ਕਿਲਾ ਰਿਹਾ ਪਰ ਵੀਡੀਓ ਵੀ ਚੱਲਦੀਆਂ। ਉਹ ਹੈਰਾਨ ਹੋਏ, ਕਹਿੰਦੇ 60-65 ਕਿਲੋ ਦੀ ਬਾਈ ਸਾਹਿਬ ਹੀ ਲਾ ਰਹੇ ਤੇ ਬੈਂਚ ਪ੍ਰੈਸ ਕਿੰਨੀ ਲਾਉਂਦਾ ਉਹ? ਮੈਂ ਜਾਣੀ ਵੱਧ ਤੋਂ ਵੱਧ 1-45 ਦੀ ਬੈਂਚ ਪ੍ਰੈਸ ਲਾਈ ਆ ਬਿਨਾਂ ਪ੍ਰੋਟੈਕਟ। ਵੀ ਮੈਂ ਕਹਿੰਦਾ ਕੋਈ ਲਾ ਕੇ ਦਿਖਾ ਦੇਵੇ। ਹੁਣ ਵੀ ਮੈਂ ਇੰਡੀਆ ਕੰਨੀ ਉਹ ਜਾਣ ਦੀ ਪਿੱਛੇ ਜੇ ਕਿਨੇ 1-20 ਦੀ ਲਾਈ ਸੀ ਬੈਂਚ ਪ੍ਰੈਸ, ਤੇ ਉਹ ਨੈਸ਼ਨਲੀ ਸਿਲੈਕਟ ਹੋਇਆ ਕੋਈ 50 ਸਾਲ ਦੀ ਉਮਰ ਸੀ, ਤੇ ਮੈਂ ਤਾਂ 130-135 ਆਰਾਮ ਨਾਲ ਲਾ ਦਿੰਦਾ ਤੇ ਮੈਂ ਸਿਲੈਕਟ ਹੋ ਜਾਂਦੀ, ਪਰ ਕਿਸੇ ਮੈਨੂੰ ਗਾਈਡ ਹੀ ਨਹੀਂ ਕੀਤਾ ਰਹਿ ਗਏ ਉੱਤੇ। ਹੁਣ ਤੁਸੀਂ ਸਟੇਟ ਲੈਵਲ ਲਈ ਖੇਡੇ ਹੋ ਕਿ ਇੰਟਰਨੈਸ਼ਨਲ ਲੈਵਲ ਤੇ ਵੀ, ਜਾਂ ਸੌਰੀ ਨੈਸ਼ਨਲ ਲੈਵਲ ਲਈ ਵੀ ਖੇਡੇ ਹੋ ਕਦੇ? ਨਹੀਂ ਦੇਖੋ ਜੀ, ਫਿਲਹਾਲ ਤਾਂ ਮੈਂ ਸਟੇਟ ਲੈਵਲ ਤੇ ਹੀ ਖੇਡਿਆ ਵਾਂ। ਜੇ ਕੋਈ ਮੈਨੂੰ ਕੋਚ ਗਾਈਡ ਕਰ ਦਿੰਦਾ ਜਿਵੇਂ ਇੱਥੇ ਲੁਧਿਆਣਾ ਕਲੱਬ ਆ ਜੀ, ਉਹਦੇ ਤੇ ਕੈਨਿਊ ਖੇਡੇ, ਮੇਰੇ ਹਿਸਾਬ ਨਾਲ ਵੀ ਆਪਾਂ ਪੰਜਾਬ ਲਈ ਆਪਾਂ ਮੈਡਲ ਲਿਆ ਸਕਦੇ ਹਾਂ ਮਾਸਟਰ ਕੈਟਾਗਰੀ ਦੇ ਵਿੱਚ। ਹੁਣ ਅੱਗੇ ਮੈਂ ਮੈਨੂੰ 55 ਸਾਲ ਲੱਗ ਜਾਣਾ ਤੇ ਲੋਕ ਜਿੱਥੇ ਆ ਕੇ ਛੱਡ ਦਿੰਦੇ, ਤੇ ਅਸੀਂ ਮੈਂ ਕਹਿੰਦਾ ਅਸੀਂ ਤਾਂ ਸ਼ੁਰੂ ਕੀਤਾ ਵੀ, ਕਹਿੰਦੇ ਵੀ ਬਸ, ਕਹਿੰਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਵੀ ਉਮਰਾਂ 'ਚ ਕੀ ਰੱਖਿਆ, ਵੀ ਹੌਸਲੇ ਤੁਹਾਡੇ ਬੁਲੰਦ ਨੇ, ਉਮਰਾਂ ਦਾ ਕੋਈ ਮੈਟਰ ਨਹੀਂ ਕਰਦੀਆਂ। ਕੋਈ ਇੱਕ ਦੋ ਟਿਪ ਸਾਡੇ ਨੌਜਵਾਨ ਵੀਰਾਂ ਲਈ, ਜਾਂ ਘਰੇਲੂ ਸਾਡੀਆਂ ਭੈਣਾਂ ਜਿਹੜੀਆਂ ਮਾਵਾਂ ਜਿਹੜੀਆਂ ਫਿਟਨੈਸ ਦੇ ਨਾਲ ਦੂਰ ਦੂਰ ਦਾ, ਜਿਹਨਾਂ ਦਾ ਕੋਈ ਵਾਸਤਾ ਨਹੀਂ, ਸਿਰਫ ਟਿਪ ਉਹਨਾਂ ਨੂੰ ਦੇਣੇ ਆ ਕਿ ਤੁਸੀਂ ਆਹ ਜਿਹੜੇ ਆਹ ਕੰਮ ਕਰ ਲਿਆ ਕਰੋ, ਇੰਨਾ ਕੁ ਕਰ ਲਿਆ ਕਰੋ, ਜਿਹੜਾ ਘਰੇ ਬੈਠੀਆਂ ਫਿੱਟ ਰਹਿਣ ਉਹ, ਜਾਂ ਸਾਡੇ ਯੂਥ ਆ ਜਿਹੜਾ। ਦੇਖੋ ਜੀ, ਅੱਜ ਕੱਲ੍ਹ ਜਿਹੜੇ ਲੋਕ ਨੇ ਮਿਹਨਤ ਕਰਨ ਤੋਂ ਚੱਲਦੇ, ਮੈਂ ਕਹਿੰਦਾ ਇੱਕ ਨਾ ਵੀ ਕੁਛ ਵੀ ਕਰਨ, ਸਵੇਰੇ 40 ਮਿੰਟ ਮੋਰਨਿੰਗ ਵਾਕ ਕਰਦੇ ਕੋਈ ਬਿਮਾਰੀ ਲੱਗਦੀ ਨਹੀਂ। ਓਕੇ, ਮੈਂ ਪਿਛਲੇ ਮਤਲਬ 15 ਸਾਲਾਂ ਤੋਂ ਸਵੇਰੇ ਮੋਰਨਿੰਗ ਵਾਕ ਕਰਦਾ, ਸਵੇਰੇ ਉੱਠ ਕੇ ਯੋਗਾ ਅਭਿਆਸ ਕਰਦਾ 2 ਘੰਟੇ, ਮੇਰਾ ਇਹੀ ਵਰਕ ਆਊਟ ਆ। ਉਦੋਂ ਬਾਅਦ ਮੈਂ ਫਿਰ ਜਿਮ ਲਾਉਣਾ, ਸ਼ਾਮ ਨੂੰ ਜਿਮ ਵੀ ਲਾਉਣਾ, ਦਿਨੇ ਮੈਂ ਆਪਣਾ CSE ਸੈਂਟਰ ਚਲਾਉਣਾ, ਉੱਧਰ ਵੀ ਧਿਆਨ ਹੁੰਦਾ। ਯਾਨੀ ਮਿਹਨਤ ਪਹਿਲਾਂ, ਨਾ ਵੱਡਾ ਨਹੀਂ ਹੁੰਦਾ ਬੰਦੇ ਦਾ, ਜੇ ਦਾਰਾ ਸਿੰਘ ਆ ਜੇ ਮਿਹਨਤ ਹੀ ਨਾ ਲਾਵੇ ਕਾਹਦਾ ਦਾਰਾ ਸਿੰਘ। ਸੋ ਮਿਹਨਤ ਜ਼ਰੂਰੀ ਆ, ਜਿਹੜੀ ਪ੍ਰੈਕਟਿਸ ਪਹਿਲਾਂ, ਪ੍ਰੈਕਟਿਸ ਬੋਲਦੀ ਆ ਬੰਦੇ ਦੀ, ਮਤਲਬ ਨਾ ਨਹੀਂ ਜੇ ਮੈਂ ਪ੍ਰੈਕਟਿਸ ਨਹੀਂ ਕਰੂੰਗਾ ਫਿਰ ਮੈਂ ਕਹਿੰਦਾ ਪ੍ਰੈਕਟਿਸ ਜ਼ਰੂਰੀ ਆ। ਅੱਜ ਮੈਂ ਇਹੀ ਕਹੂੰਗਾ ਜੀ, ਤੁਸੀਂ ਜੇ 40 ਮਿੰਟ ਸਵੇਰੇ ਮੋਰਨਿੰਗ ਵਾਕ ਕਰ ਲਓ, ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗੂ, ਇਹ ਗਰੰਟੀ ਹੈ ਮੇਰੀ, ਮੇਰਾ ਇਹ ਐਕਸਪੀਰੀਅੰਸ ਹੈ। ਠੀਕ ਹੈ ਸਰ, ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਔਰ ਅੱਜ ਤੁਹਾਨੂੰ ਜਿਹੜਾ ਮਿਡਲ ਫਿੰਗਰ ਦੇ ਨਾਲ 91 ਕੇਜੀ ਜਿਹੜਾ 91 ਕਿਲੋ ਵਜ਼ਨ ਚੱਕ ਕੇ ਦਿਖਾਣਗੇ, ਔਰ ਜਿਹੜੇ 1 ਮਿੰਟ ਦੇ ਵਿੱਚ ਕਿੰਨੇ ਜਿਹੜੇ ਡੰਡ ਲਾਉਂਦੇ ਨੇ ਉਹ ਸਾਨੂੰ ਜਿਹੜਾ ਦਿਖਾਣਗੇ, ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਸੋ ਮੈਂ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਮਿਲਿਆ, ਮੈਂ ਵੇਟ ਲਿਫਟਰਸ ਦੀ ਵੀ ਜਿਹੜੀ ਇੰਟਰਵਿਊ ਕੀਤੀ, ਥੋੜੇ ਦਿਨ ਪਹਿਲਾਂ ਮੈਂ ਸੁਲਤਾਨ ਜੀ ਇੰਟਰਵਿਊ ਕੀਤੀ ਸੀ, ਜੋ ਗ੍ਰੇਟ ਖਲੀ ਜੀ ਦੇ ਕੋਲ ਜਿਹੜਾ ਰੈਸਲਰ ਆ ਮੁੰਡਾ, ਗੁਰਸਿੱਖ ਮੁੰਡਾ, ਤੁਹਾਨੂੰ ਯਾਦ ਹੋਏਗਾ ਮੈਂ ਇੰਟਰਵਿਊ ਕੀਤੀ ਸੀਗੀ ਉਸਦੀ। ਔਰ ਪਰ ਆਹ ਜਿਹੜਾ ਮਿਡਲ ਫਿੰਗਰ ਦੇ ਨਾਲ ਇੰਨਾ ਵਜ਼ਨ ਚੱਕਣਾ ਮੇਰੇ ਲਈ ਵੀ ਇੱਕ ਬਹੁਤ ਹੀ ਅਨੋਖੀ ਚੀਜ਼ ਹੋਏਗੀ। ਤੋ ਰਾਜਪਾਲ ਜੀ ਆ ਗਏ ਨੇ ਸਾਡੇ ਕੋਲ ਤਿਆਰ ਹੋ ਕੇ, ਆਸ਼ੀਰਵਾਦ ਲੈ ਰਹੇ ਨੇ ਵੱਡਿਆਂ ਦਾ, ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰੂ ਜੀ ਇਹਨਾਂ ਦੇ ਖੜੇ ਨੇ ਕੋਲ, ਉਹਨਾਂ ਦੇ ਫਾਦਰ ਸਾਹਿਬ ਨੇ, ਗੁਰੂ ਜੀ ਨਾਲ ਵੀ ਤੁਹਾਨੂੰ ਮਿਲਾਵਾਂਗੇ, ਗੱਲਬਾਤ ਕਰਵਾਵਾਂਗੇ। ਪਹਿਲਾਂ ਤੁਸੀਂ ਮੇਰੀਆਂ ਤਸਵੀਰਾਂ ਦੇਖਿਓ, ਸੋਲ ਦੀ ਬੈਸਟ ਰਾਜਪਾਲ ਜੀ। ਥੋੜਾ ਜਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਦੂਰ ਹੋ ਕੇ ਦਿਖਾਣਗੇ ਸਾਰਾ, ਜਿਹੜਾ ਦਰਸ਼ਕਾਂ ਨੂੰ ਬਿਲਕੁਲ ਪਾਰਦਰਸ਼ਤਾ ਦੇ ਨਾਲ ਜਿਹੜਾ ਮੁਕਾਬਲਾ ਦੇਖਣਾ ਚਾਹੀਦਾ। ਮੈਨੂੰ ਲੱਗਦਾ ਕਿ ਮੈਂ ਆਪਣੇ ਵਰਗੇ 4 ਬੰਦੇ ਨਾਲ ਲਾਉਣਾ ਤਾਂ ਨਾ ਮੈਂ ਵੇਟ ਚੱਕ ਸਕਾਂ। ਬਾਕੀ ਇਹਨਾਂ ਦੀ ਜਿਹੜੀ ਬਹਾਦਰੀ ਹੈ ਜੀ, ਬਹੁਤ ਹੀ ਵਧੀਆ। ਸੋ ਅਗਲੀ ਗੱਲਬਾਤ ਅਸੀਂ ਇਹਨਾਂ ਨਾਲ ਕੀ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਉਹ ਵੀ। ਸੋ ਪਹਿਲਾਂ ਜਿਹੜਾ ਤਸਵੀਰਾਂ ਤੁਸੀਂ ਦੇਖੀਆਂ, 91 ਕਿਲੋ ਵਜ਼ਨ ਮਿਡਲ ਫਿੰਗਰ ਦੇ ਨਾਲ ਜਿਹੜਾ ਉਹਨਾਂ ਨੇ ਚੱਕਿਆ ਰਾਜਪਾਲ ਜੀ ਨੇ। ਔਰ ਸੈਕਿੰਡ ਜਿਹੜਾ ਉਹਨਾਂ ਦਾ ਹੈਗਾ ਕਹਿਣਾ ਇਹ ਹੈ ਕਿ ਮੈਂ 1 ਮਿੰਟ ਦੇ ਵਿੱਚ ਜਿਹੜੇ ਪੁਸ਼ਪ ਤੁਹਾਨੂੰ ਲਾ ਕੇ ਦਿਖਾਊਂਗਾ, ਕਿੰਨੇ ਪੁਸ਼ਪ 1 ਮਿੰਟ ਦੇ ਵਿੱਚ ਲਾਉਂਦੇ ਨੇ। ਟਾਈਮਰ ਅਸੀਂ ਨਾਲ ਰੱਖਿਆ ਹੋਇਆ, ਟਾਈਮਰ ਤੁਹਾਡੇ ਸਾਹਮਣੇ ਅਸੀਂ ਸਕਰੀਨ ਤੇ ਆਨ ਕਰਾਂਗੇ, ਔਰ ਇਧਰੋਂ ਪੁਸ਼ਪ ਲਾਉਂਦੇ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਦੇਖੋਗੇ। ਹਾਂਜੀ, ਇੱਕ ਵਾਰ ਮੈਂ ਦੱਸ ਦਿੰਦਾ ਮਾੜਾ ਕੌਣ ਸੀਗਾ।
रोहित खत्री जी तुसी भी ये वीडियो अगर थोड़े तक पहुंचे तो तुसी भी जरूर देखियो। हाँ जी सर हो रेडी जी। सो टाइमर जेड़ा बिल्कुल तुहाडे सामने है इधरों असी टाइमर जदों शुरू करोगे तुसी। हाँ जी करो स्टार्ट जी। टाइमर स्टार्ट हो चुकी है जी और देखो तस्वीर तुसी पुशअप जेड़े लगा रहे ने भाजी और किन्ने पुशअप एक मिनट दे विच लांदे ने गिनती हो रही है लाल लाल। सतवंजा अठवंजा उनाहठ सठ बस बेटा बंद कर दी। बहुत अच्छी गल है बहुत वधिया जी बहुत वधिया जी। ए जी राजपाल जी दे शागिर्द ने जिन्हां नूं दिहाड़ी करदिआं नूं राजपाल जी ने पछाणिआ सी जिस तरह इंटरव्यू दे विच जिक्र कीता सीगा। सो इन्हां नाल भी गलबात करदे आ। की नाम है जी तुहाडा? राहुल। राहुल जी की करके दिखाओगे साडे दर्शकां नूं? मैं ये उंगलां नाल चिन्हप्स लाए आ उंगलां नाल। हां जी चिन्हप्स ला के दिखाओ। उस्ताद तुहाडे मिडल फिंगर नाल वजन चकदे आ। हां जी तुसीं सेंटर दे नाल चिन्हप लाओगे? लाओ जी। ये उज़्बेकिस्तान दा जी हैगा कोई लड़का उहने 1 मिंट दे विच 21 पुशअप लाए सीगे चिन्हप लाए सीगे जदकि उहदे विच कुछ गलत हो गए सी ते उहने 19 दा जिहड़ी वर्ल्ड रिकॉर्ड आ उंगलां भरा ने कर लिया हुई सैट। 1 2 3 पिछो भी दिखाने तुम्हें कोई सपोर्ट नहीं है। सेंटर फिंगर दे नाल जिहड़े चिन्हप्स ला रहे भरा 11 12 13 14 15 16 17 18 बहुत मुश्किल काम है और बाई का जिहड़ा शरीर है ओही दसदा। हां जी 25 लाते जी। हां जी एक बार टाइम दिखा दो जी। 47 सेकंड दे विच जिहड़े इन्हां ने 25 ਜਿਹੜੇ ਚਿੰਨ੍ਹ ਲਗਾਏ ਨੇ ਜੀ ਸੈਂਟਰ ਫਿੰਗਰਸ ਦੇ ਨਾਲ ਬਹੁਤ ਹੀ ਵਧੀਆ ਜੀ। ਸੋ ਤੁਸੀਂ ਸਾਰੀਆਂ ਜਿਹੜੀਆਂ ਤਸਵੀਰਾਂ ਦੇਖੀਆਂ ਕਿ ਕਿਸ ਤਰ੍ਹਾਂ ਭਾਜੀ ਹੋਣਾ ਨੇ ਜਿਹੜਾ ਵੇਟ ਚੱਕਿਆ ਮਿਡਲ ਫਿੰਗਰ ਦੇ ਨਾਲ ਔਰ ਜਿਹੜੇ ਡੰਡ ਲਾ ਕੇ ਤੁਹਾਨੂੰ 1 ਮਿੰਟ ਦੇ ਵਿੱਚ ਦਿਖਾਏ ਨੇ। ਸੋ ਨਵੇਂ ਅਪਡੇਟ ਲੈ ਕੇ ਤੁਹਾਡੇ ਤੱਕ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ। ਕੈਮਰਾਮੈਨ ਹੈਰੀ ਦੇ ਨਾਲ ਮੈਂ ਹਰਵਿੰਦਰ ਸਿੰਘ ਢਿੱਲੋਂ ਧੰਨਵਾਦ ਜੀ।